ਵੀਰਾ ਸੰਗਰੂਰ ਜਿਮਨੀ ਚੋਣ ਦੇ ਵਿੱਚ ਬਣਾ ਅੱਜ ਕੱਲ ਸਭ ਤੇ ਜ਼ਿਆਦਾ ਹਾਈਲਾਈਟ ਭਗਵੰਤ ਮਾਨ ਤੇ ਵੀ ਜ਼ਿਆਦਾ ਹਾਈਲਾਈਟ ਪਤਾ ਕੌਣ ਹੋ ਰਿਹਾ ਰਾਜਾ ਬੜਿੰਗ ਰਾਜੇ ਬੜਿੰਗ ਦਾ ਰੋਜ਼ ਨਵਾਂ ਬਿਆਨ ਆ ਰਿਹਾ ਵੀਰਾ ਔਰ ਗਵਰਨਰ ਹਾਊਸ ਕੇ ਮੂਰਾ ਦੇਖ ਲਿਓ ਵੀਰਾ ਦੋ ਕੱਪੜਿਆਂ ਮਾ ਕਾਂਗਰਸ ਸਾਰਿਆਂ ਨੇ ਦੇਖੀ ਇੱਥੇ ਤਾਂ ਪਾਣੀ ਦਾ ਵਿਛਾੜਾ ਬੱਜੀਆਂ ਜਦ ਵੀ ਚਿੱਟੇ ਕੁੜਤੇ ਪਜਾਮੇ ਉੱਪਰ ਦੋ ਕੱਪੜਿਆਂ ਮਾ ਰਹਿ ਗਈ ਦੀ ਕਾਂਗਰਸ ਵੀਰਾ ਔਰ ਕੱਲ ਰਾਜੇ ਬੜਿੰਗ ਨੇ ਰੋਡ ਸ਼ੋ ਕਰਿਆ ਉੱਥਾ ਰਾਜਾ ਬੜਿੰਗ ਕਹਿ ਰਿਹਾ ਕਹਾ ਮੇਰੀ ਜ਼ਬਾਨ ਕਹਿ ਰਿਹਾ ਕਾਲੀ ਜ਼ਬਾਨ ਲਿਖ ਲੋ ਕਹਾ ਆਮ ਆਦਮੀ ਪਾਰਟੀ ਸੰਗਰੂਰ ਵਾਲੀ ਜਿਮਨੀ ਚੋਣ ਹਾਰ ਰਹੇ ਹਾਰ ਰਹੇ ਕਹਾ ਇਹ ਜਿੱਤ ਨਹੀਂ ਸਕਦੇ ਕਹਾ ਜੋ ਮਰਜ਼ੀ ਹੋ ਜੇ ਸੰਗਰੂਰ ਚੋਣ ਪ੍ਰਚਾਰ ਮੈਂ ਰਾਜਾ ਬੜਿੰਗ ਕਹਿ ਰਿਹਾ ਕਹਾ ਦਲਵੀਰ ਗੋਲਡੀ ਜਿੱਤੇਗਾ ਕਹਾ ਉਹਦੇ ਤੇ ਹੋਰ ਕੋਈ ਬੰਦਾ ਜਿੱਤੇਗਾ ਔਰ ਵੀਰਾ ਬੀਜੇਪੀ ਦਾ ਕੇਵਲ ਢਿੱਲੋ ਜਿਹੜਾ ਵੀਰ ਕਾਂਗਰਸ ਵਾਤੇ ਗਿਆ ਬੀਜੇਪੀ ਵਾਲਿਆਂ ਕਹਿੰਦਾ ਔਰ ਕਹਿ ਰਿਹਾ ਉਹ ਬੰਦੇ ਨੂੰ 50,000 ਵੋਟਾਂ ਵੀ ਨੀ ਪੈਣੀਆਂ ਕਹਾ ਮੇਰੇ ਤੇ ਲਿਖਾ ਲਿਓ ਬਰਨਾਲੇ ਦੇ ਵਿੱਚ ਮੈਂ ਚੋਣ ਪ੍ਰਚਾਰ ਦੌਰਾਨ ਉਹ ਬਾਤ ਕਹੀ ਪਹਿਲਾਂ ਸੰਗਰੂਰ ਮਾ ਫਿਰ ਬਰਨਾਲੇ ਦੇ ਵਿੱਚ ਮੈਨੂੰ ਲੱਗ ਰਿਹਾ ਵੀ ਰਾਜਾ ਬੜਿੰਗ ਕਿਤੇ ਵੀਰਾ ਪੁੱਛਿਆ ਪੱਛਿਆ ਦੇਣ ਵਾਲਾ ਕੰਮ ਤੋਂ ਨੀ ਸ਼ੁਰੂ ਕਰ ਲਿਆ ਇਸਨੇ ਜਿਹੜੀਆਂ ਭਵਿੱਖਬਾਣੀਆਂ ਪਹਿਲਾਂ ਹੀ ਕਰਨ ਲੱਗ ਗਿਆ ਵੀਰਾ ਹਰੇਕ ਚੀਜ਼ ਦੀ ਭਵਿੱਖਬਾਣੀ ਪਹਿਲਾਂ ਹੀ ਕਰਦਾ ਇਹ ਲਿਖਾ ਕੇ ਲੈ ਲਓ ਕਹਾ ਲਿਖਾ ਕੇ ਲੈ ਲਓ ਦੋ ਕੱਪੜਿਆਂ ਮਾ ਰਹਿ ਗਈ ਦੀ ਕਾਂਗਰਸ ਪਾਰਟੀ ਵਗੈਰਾ ਲਿਖਾ ਕੇ ਲੈ ਲਿਓ ਔਰ ਕੇਜਰੀਵਾਲ ਮੈਨੂੰ ਲੱਗ ਰਿਹਾ ਆ ਗਿਆ ਇਸਕੇ ਵਿੱਚ ਵਾ ਕੇਜਰੀਵਾਲ ਵੀ ਇਤਨੀ ਭਵਿੱਖਬਾਣੀ ਕਰੇਗਾ ਤਾਂ ਵਿਧਾਨ ਸਭਾ ਵੋਟਾਂ ਵਾ ਮੁਝਸੇ ਲਿਖਵਾ ਕੇ ਲੈ ਲੀਜੀਏ ਵਾ ਨਹੀਂ ਜਿੱਤੇਗਾ ਇਹ ਇਤਰੇ ਹੀ ਉਹ ਕਹਿਣ ਲੱਗ ਗਿਆ ਵੀਰੇ ਬਾਕੀ ਮੈਨੂੰ ਨੀ ਉਹ ਲੱਗ ਰਿਹਾ ਵੀਰਾ ਥੰਮ ਦਰਜੀ ਵਾਲੇ ਪੈਸੇ ਵੀ ਲਿਖਾ ਕੇ ਰੱਖੋ ਸੰਨੀ ਢਿੱਲੋ ਕਿਤਨੀ ਵਾਰ ਦਰਜੀਆਂ ਪਾ ਜਾ ਕੇ ਆਇਆ ਫਿਰ ਬੇਇੱਜ਼ਤੀ ਵਾਲੀ ਗੱਲ ਹੋ ਜਾ ਪ੍ਰਧਾਨ ਜੀ ਉਹ ਚੀਜ਼ਾਂ ਦਾ ਖਿਆਲ ਰੱਖਿਆ ਔਰ ਇਸਕੇ ਗੱਲ ਗੱਲ ਇਹ ਜ਼ਮਾਨਤ ਬਚਾ ਲਓ ਇਹ ਜੇ ਬਚਦੀ ਜੀ ਜਿਸ ਕੀ ਕਿਉਂਕਿ ਫਿਰ ਬਚੀ ਖੁਚੀ ਕਾਂਗਰਸ ਰਹਿ ਗਈ ਪੰਜਾਬ ਦੇ ਵਿੱਚ ਦੇਖੋ ਵੀਰ ਪਾਰਟੀ ਤੋਂ ਹਰੇਕ ਆਪਣੇ ਗੱਡੀ ਤੇ ਪੂਰਾ ਸਟਰੋਂਗ ਪ੍ਰਚਾਰ ਕਰ ਰਹੀ ਪਰ ਜਿੱਦਣ ਗਏ ਉਹ ਜਾਖੜ ਲੈ ਗਿਆ ਨਾ ਜੋ ਟੈਂਪੂ ਭਰ ਕੇ ਬੰਦਿਆਂ ਦਾ ਕਾਫੀ ਬੰਦੇ ਲੈ ਗਿਆ ਬਿਠਾ ਕੇ ਦਿੱਲੀ ਨੂੰ ਉੱਤਰ ਦੇ ਬਾਅਦ ਇਹ ਦੇਖ ਲੈ ਵੀਰਾ ਕੱਲ ਬੋਹੇ ਵਾਲਾ ਲੈ ਗਏ ਪਰਸੋਂ ਚੌਥੇ ਤੜਕੇ ਨਿਰਣੇ ਕਾਲਜ ਇਸ ਨੂੰ ਧਰਮ ਸੋਧ ਨੂੰ ਚੱਕਾ ਲੈ ਗਏ ਇਹ ਬਹੁਤ ਮਿਆਰ ਤਾਲੇ ਆ ਗਿਆ ਕਾਂਗਰਸ ਪਾਰਟੀ ਦਾ ਵੀਰਾ ਪਹਿਲਾਂ ਵਾਲਾ ਕੰਮ ਰਿਹਾ ਨੀ ਵੀਰਾ ਔਰ ਸਾਧੂ ਧਰਮ ਸੋਧ ਵੀ ਕਹਿ ਰਿਹਾ ਕਹਾ ਮੇਰੇ ਗੱਲ ਧੱਕਾ ਹੋ ਰਿਹਾ ਕੱਲ ਵੀਰਾ ਬੋਹੇ ਵਾਲਾ ਵੀ ਕਹਿ ਰਿਹਾ ਜਗਿੰਦਰ ਇਹ ਵੀ ਕਰਾਂ ਆ ਮੇਰਾ ਧੱਕਾ ਹੋ ਰਿਹਾ ਧੱਕਾ ਹੋ ਰਿਹਾ ਇਹਦਾ ਸਿੱਧੂ ਵਾਲਾ ਗਾਣਾ ਯਾਦ ਆ ਗਿਆ ਜੱਟਾ ਸਿਰੇ ਆਮਦੂ ਦਾ ਧੱਕਾ ਕਰਦਾ ਵੀਰ ਇਹ ਕੇਜਰੀਵਾਲ ਤੁਹਾਨੂੰ ਪਤਾ ਪਰ ਪਾਵਾਂ ਤਵਾਂ ਤੋਂ ਕਰੇ ਸਿਰੇਆਮ ਧੱਕਾ ਹੀ ਕਰ ਆਮ ਆਦਮੀ ਪਾਰਟੀ ਹਾਰੇ ਚਾਹੇ ਵੀਰ ਇਹ ਦੂਸਰੇ ਹਾਰੇ ਇਹ ਵੀ ਨੀ ਪਤਾ ਕਿਤੇ ਬੁੜਾ ਜਰਨੈਲ ਜਿੱਤ ਜੇ ਵੀਰ ਬਾਬਾ ਵੀ ਬਹੁਤ ਕਾਇਮ ਹੋਇਆ ਵਾ ਤਾਂ ਹੀ ਬਾਪੂ ਪ੍ਰਕਾਸ਼ ਬਾਦਲਾ ਛੋਕਰਾ ਕਹਿ ਰਿਹਾ ਮਿੰਤਾ ਕਰ ਰਿਹਾ ਮੈਂ ਤੇਰੀਆਂ ਬਾਬੇ ਆ ਤੋ ਕਾ ਨਾ ਵੋਟਾਂ ਖਰਾਬ ਕਰ ਨਾ ਵੋਟਾਂ ਖਰਾਬ ਕਰ ਔਰ ਇਹ ਦੇਖ ਲਓ ਵੀਰ ਫੜਾਂਗਾ ਤੂਫਾਨ ਆਇਆ ਪਿਆ ਸੰਗਰੂਰ ਕੇ ਵਿੱਚ ਜਿੱਥਾ ਮਰਜ਼ੀ ਜਿਹੜੀ ਮਰਜ਼ੀ ਪਾਰਟੀ ਦਾ ਲੀਡਰ ਸੁਣ ਲਿਓ ਵੀਰ ਬਾਹੀ ਫੜਾਂ ਮਾਰ ਰਿਹਾ ਯਾ ਕਰ ਦੇਂਗੇ ਯਾ ਕਰ ਦੇਂਗੇ ਯਾ ਕਰ ਦੇਂਗੇ ਵਾਹ ਕਰ ਦੇਂਗੇ ਹੈ ਪਹਿਲਾਂ ਵੀ ਕਹਿ ਰਿਹਾ ਤਾਂ ਰਾਜਾ ਬੜਿੰਗਾ ਕਰਨ ਲਿਖਾ ਕਾ ਲੈ ਲਿਓ ਕਹਾ ਵਿਧਾਨ ਸਭਾ ਮਾ ਜੇ 10 ਸੀਟਾਂ ਵੀ ਆ ਜਾਣ ਕੀ 92 ਸੀਟਾਂ ਆਈਆਂ ਵੀਰ 92 ਖਾਣੇ ਲਖੂਣੇ ਵਾਲੇ ਤੋਂ ਛੱਡ ਦਿਓ ਬਾਹਰ ਵੋਟਰਾਂ ਦਾ ਤਬਾਰ ਥੋੜੀ ਵੀਰ ਕਿੱਧਰ ਪਾ ਦਾਂ ਵੋਟਾਂ ਔਰ ਇਹ ਕਹਿ ਲਓ ਇਹ ਰਾਜੇ ਬੜਿੰਗ ਨੇ ਜੋ ਬਿਆਨ ਤੋਂ ਦੇ ਦਿਆ ਪਰ ਮੈਂ ਕਹਾਂ ਵੀਰ ਜਿਹੜੀ ਸਿਆਸਤ ਪੰਜਾਬ ਦਾ ਚੱਲ ਰਹੀ ਹਿਪ ਤੋਂ ਕੱਛੇ ਬਨੈਣ ਬਚਾਉਣ ਵਾਲੀ ਸਿਆਸਤ ਹੋ ਗਈ ਵੀਰ ਲੀਡਰੀ ਲੂਡਰੀ ਤੋਂ ਕਿੱਥਾ ਰਹਿ ਚਲੋ ਦੇਖੋ ਰਾਜਾ ਕਹਿ ਰਿਹਾ ਲਿਖ ਲਿਓ ਇਹਨਾਂ ਨੇ ਲਿਖ ਲਿਆ ਵੀਰਾ ਜੇ ਕਾਂਗਰਸ ਜਿੱਤ ਗਈ ਫਿਰ ਤਾਂ ਰਾਜੇ ਦੀ ਜ਼ਬਾਨ ਕਾਲੀ ਨਹੀਂ ਫਿਰ ਜੇ ਹਾਰ ਗਏ ਫਿਰ ਰਾਜੇ ਦੀ ਜ਼ਬਾਨ ਕਾਲੀ ਕਾਲੀ ਮੈਂ ਜੋ ਮਰਜ਼ੀ ਕਰ ਲਿਓ ਫਿਰ ਜ਼ਬਾਨ ਕਹਿ ਚੰਗਾ ਵੀਰਾ ਸਤਿ ਸ਼੍ਰੀ ਅਕਾਲ।